ਕਿੱਥੇ ਗਏ ਸੀ? ਦੁੱਧ ਦੇਣ ਗਏ ਸੀ? ਹਾਂ, ਦੁੱਧ ਫੜਾਉਣ ਗਏ ਸੀ। ਫਿਰ ਹੋਇਆ ਕਾਸ ਨਾਲ ਐਕਸੀਡੈਂਟ? ਸਰਕਾਰੀ ਬੱਸ ਦੇ ਇੱਕ ਬੈਂਡ ਨਾਲ ਹੋਇਆ ਸਕੂਲ ਨਾਲ। ਬੈਂਡ ਸੀ ਕੋਈ? ਇੱਕ ਸਰਕਾਰੀ ਬੱਸ ਸੀ ਜੀ। ਹਾਂ, ਅਤੇ ਸਕੂਲ ਬੈਂਡ ਸੀ ਜੀ। ਇਹ ਕਾਸ 'ਤੇ ਜਾ ਰਹੇ ਸੀ? ਇਹ ਮੋਟਰਸਾਈਕਲ ਜੀ। ਹੋਇਆ ਕਿੱਥੇ ਗਏ? ਟੰਡਿਆਲ ਰੋਡ 'ਤੇ ਹੋਇਆ ਜੀ। ਮੇਰਾ ਨਾਮ ਤਰਸੇਮ ਸਿੰਘ ਜੀ। ਜਿਹੜਾ ਬੰਦਾ ਲੈ ਕੇ ਆਇਆ ਉਹ ਇਹਦਾ ਨਾਮ ਕੀ ਹੈ? ਇਹਦਾ ਨਾਮ ਦਰਸ਼ਨ ਸਿੰਘ ਜੀ। ਹਾਂ, ਇਸਕੇ ਬਾਪ ਦਾ ਨਾਮ? ਇਹਦੇ ਬਾਪ ਦਾ ਨਾਮ ਛੋਟੂ ਰਾਮ ਜੀ। ਕਿਹੜੇ ਪਿੰਡ ਦਾ? ਇਹ ਜਗਲਾਣਾ ਜੀ, ਬਰੇਟਾ ਨਵੇ। ਹਾਂ, ਕੀ ਹੋਇਆ, ਇਹ ਕਿੱਥੇ ਜਾ ਰਿਹਾ ਸੀ? ਇਹ ਦੁੱਧ ਪਾਉਣ ਗਿਆ ਸੀ ਜੀ ਬਾਬੂਆਂ ਦੇ ਘਰ। ਅੱਛਾ। ਅਤੇ ਉੱਥੇ ਮੂਹਰੇ ਬੈਨ ਖੜ ਗਈ ਜੀ, ਮਾਗਰੋ ਬੱਸ ਮਾਰੀ ਜੀ। ਇਹ ਕਾਸਤੇ ਸੀ? ਇਹ ਮੋਟਰਸਾਈਕਲ 'ਤੇ ਜੀ। ਕਿੱਥੇ ਕੋ ਆਏ, ਕਿਹੜੇ ਰੋਡ 'ਤੇ? ਇਹ ਰੋਡ 'ਤੇ ਆਪਣੇ ਕਿਤੋਂ ਆਪਾਂ ਸੰਗਰੂਰ ਰੋਡ ਆਉਣਾ ਸਿੱਧਾ ਜੀ, ਬੱਸ ਅੱਡੇ ਤੋਂ ਲੰਘਦੇ ਹਾਂ ਜੀ। ਇਹ ਸਿਵ ਮੰਦਰ ਲਵੇ ਦੁਕਾਨ ਆ ਇੱਕ। ਅੱਛਾ। ਇਹ ਕਬਾੜ ਦੀ, ਉੱਥੇ ਹੋਇਆ ਸਪਾਈਦੇ ਲਵੇ ਜੀ। ਇਹ ਇਸੇ ਤੜੇ ਮੋਟਰਸਾਈਕਲ ਚੜਾਤਾ, ਬੱਸ ਚੜਾਤਾ? ਹਾਂ ਜੀ, ਹਾਂ ਜੀ, ਮਾਗਰੋਂ ਚੜੀ ਹੈ ਜੀ ਬੱਸ ਇਹਦੇ ਉੱਤੇ। ਹਾਂ ਜੀ। ਫਿਰ ਤੁਸੀਂ ਕਿੱਥੇ ਲੈ ਗਏ ਸੀ ਇਹਨੂੰ? ਇਹਨੂੰ ਲੈ ਗਏ ਤੇ ਅਸੀਂ ਪਾਤਣਾ ਜੀ। ਅੱਛਾ। ਹਸਪਤਾਲ 'ਚ ਜੀ। ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਵੀ ਠੀਕ ਲੱਗਦਾ ਵੀ ਲੈ ਕੇ ਜਾਓ ਇਹਨੂੰ, ਕਹਿੰਦੇ ਪਟਿਆਲੇ ਦਾ ਕੱਟਤਾ ਜੀ। ਅੱਛਾ, ਪਰਚਾ ਜੀ। ਫਿਰ ਇੱਥੇ ਤਾਰ? ਫਿਰ ਅਸੀਂ, ਸਾਨੂੰ ਰਾਹ 'ਚੋਂ ਪਤਾ ਲੱਗਿਆ ਵੀ ਇਹ ਪੂਰਾ ਹੋ ਗਿਆ, ਇਹਨੂੰ ਦੱਸਦੇ ਨੇ ਵੀ ਅਸੀਂ ਸਮਾਨ ਹੀ ਲੈ ਕੇ ਚੱਲਾਂ ਗਏ। PRDC ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਜਿਸ ਦੇ ਵਿੱਚ ਉਸਦੀ ਮੌਤ ਹੋ ਗਈ ਹੈ, ਔਰ ਇਸ ਦੀ ਜਾਂਚ ਪਾਤਣਾ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਹੈ। ਪੁਲਿਸ ਅਧਿਕਾਰੀ ਪਹੁੰਚੇ ਇੱਥੇ ਅਮਰੀਕ ਸਿੰਘ ਜੀ, ਅਮਰੀਕ ਸਿੰਘ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜਾ ਸਾਰੀ ਘਟਨਾ ਕਿਸ ਤਰ੍ਹਾਂ ਹੋਈ ਹੈ, ਕਿਸ ਕੀ ਬਿਆਨਾਂ 'ਤੇ ਕਾਰਵਾਈ ਹੋ ਰਹੀ ਹੈ, ਔਰ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹੋਸਪਿਟਲ ਵਿੱਚ ਪੁਲਿਸ ਵੱਲੋਂ ਕਰਵਾਇਆ ਜਾ ਰਿਹਾ ਹੈ। ਹਾਂ, ਕੀ ਨਾਮ ਹੈ? ਅਮਰੀਕ ਸਿੰਘ ਜੀ, ਇਹ ਜਿਹੜਾ ਮ੍ਰਿਤਕ ਹੈ ਇਹ ਕਿਸਕੇ ਕਿੱਥੇ ਜਾ ਰਿਹਾ ਸੀ, ਕੀ ਬਿਆਨ ਲਿਖਾਇਆ? ਇਹਦਾ ਮ੍ਰਿਤਕ ਸੀ ਦਰਸ਼ ਕੁਮਾਰ ਪੁੱਤਰ ਛੋਟਾ ਸਿੰਘ, ਵਾਸੀ ਆਪਣੇ ਜ਼ਿਲ੍ਹਾ ਮਾਨਸਾ ਨਾਲ ਸੀ, ਪਰ ਹਾਲ ਬਾਅਦ ਨਿਆਲ ਜਾਂਦੇ ਸੀ। ਇਹ ਪਾਤਰਾਂ ਕੰਮ ਕਾਰ ਲਈ ਕਰਕੇ ਵਾਪਸ ਜਾ ਰਹੇ ਪਿੰਡ ਨਿਆਲ ਨੂੰ, ਅਤੇ ਜਦੋਂ ਪਾਤਰਾਂ ਤੋਂ ਆਪਾਂ ਸੰਗਰੂਰ ਦੇ ਥੋੜ੍ਹੇ ਪਿੱਛੇ ਟੰਡਿਆਲ ਰੋਡ ਦੇ ਉੱਤੇ ਐਕਸੀਡੈਂਟ ਹੋ ਗਿਆ। ਸਰਕਾਰੀ ਰੋਡ 'ਤੇ ਬੱਸ ਸੀ, ਉਹਨੇ ਫੇਟ ਮਾਰੀ। ਬੱਸ PRDC? PRDC ਬੱਸ ਸੀ। ਅਤੇ ਉਹ ਬੱਸ ਨਾਲ ਜਦੋਂ ਫਿਰ ਬਾਅਦ 'ਚ ਇਹਨੂੰ ਇਲਾਜ ਲਈ ਪਹਿਲਾਂ ਲੈ ਗਏ ਸਰਕਾਰੀ ਹਸਪਤਾਲ ਪਾਤਰਾਂ, ਉਸ ਤੋਂ ਮੁੜ ਕੇ ਰੈਫਰ ਕਰਤਾ ਰਜਿੰਦਰਾ ਦਾ। ਇਹਦੇ ਰਸਤੇ ਵਿੱਚ ਮੌਤ ਹੋ ਗਈ, ਜਿਸ ਦੀ ਹੁਣ ਡੈੱਡ ਬੋਡੀ ਸਰਕਾਰੀ ਹਸਪਤਾਲ ਸਮਾਣੇ ਮੋਟਰਸੀ 'ਚ। ਹੁਣ ਤੁਸੀਂ ਕਿਹਦੇ ਬਿਆਨ ਹੈ ਅਤੇ ਕਿਸਨੇ ਬਿਆਨ ਲਿਖਾਏ? ਹੁਣ ਇਸਦਾ ਬੇਟਾ ਜਸਵਿੰਦਰ ਸਿੰਘ ਹੈ, ਉਹਦੇ ਬਿਆਨ 'ਤੇ ਕਾਰਵਾਈ ਕਰ ਰਹੇ ਹਾਂ। ਜਸਵਿੰਦਰ ਸਿੰਘ ਨੇ ਕੀ ਲਿਖਿਆ? ਜਸਵਿੰਦਰ ਲਿਖਾਇਆ ਵੀ ਮੇਰਾ ਡੈਡੀ ਜੀ ਇਹ ਕੰਮ ਕਰ ਲਈ ਪਾਤਰਾਂ ਗਿਆ ਸੀ, ਅਤੇ ਮੈਂ ਵੀ ਕਿਸੇ ਕੰਮ ਕਰ ਲਈ ਪਾਤਰਾਂ ਗਿਆ ਸੀ। ਪਾਤਰਾਂ ਅਸੀਂ ਜਦੋਂ ਵਾਪਸ ਆ ਰਹੇ ਸੀ, ਇਹ ਅੱਗੇ ਅੱਗੇ ਪਿੱਛੇ ਮੈਂ ਮੋਟਰਸਾਈਕਲ ਜਾ ਰਹੇ ਸੀ, ਮੇਰੇ ਸਾਹਮਣੇ ਬੱਸ ਨੇ ਐਕਸੀਡੈਂਟ ਕੀਤਾ। ਬੱਸ ਦਾ ਨੰਬਰ ਵੀ ਦੱਸਿਆ ਉਹਨੇ, PV13AW5657 PRTC ਬੱਸ ਸੀ, ਜੋ ਬੱਸ ਵਾਲਾ ਡਰਾਈਵਰ ਫੇਟ ਮਾਰ ਕੇ ਮੌਕੇ ਤੋਂ ਬੱਸ ਲੈ ਕੇ ਭੱਜ ਗਿਆ। ਪੁਲਿਸ ਵੱਲੋਂ CCTV ਖੰਗਾਲੀ ਜਾਣੀ ਹੈ, ਚੈੱਕ ਕਰਨੀ? ਹਾਂ, CCTV ਕਿਵੇਂ ਚੈੱਕ ਕੀਤਾ? ਜਿਸ ਵੇਲੇ ਬੱਸ ਦਾ ਨੰਬਰ ਕਲੀਅਰ ਆਇਆ ਜੀ। ਕਲੀਅਰ ਆਇਆ? ਹਾਂਜੀ। CCTV 'ਤੇ ਤੁਸੀਂ ਵੀ ਚੈੱਕ ਕਰੇ? ਹਾਂ, ਚੈੱਕ ਕਰ ਲੜਕੇ ਮੂਵੀ ਸਾਡੇ ਕੋਲ ਜੀ। ਠੀਕ। ਇਹ ਸਨ ਪੁਲਿਸ ਅਧਿਕਾਰੀ ਅਮਰੀਕ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ ਦਰਸ਼ਨ ਸਿੰਘ ਜਿਹੜਾ ਕਿ ਨਿਆਲ ਹਾਲ ਆਵਾਜ਼ ਇਸ ਟਾਈਮ ਰਹਿ ਰਿਹਾ ਹੈ, ਔਰ ਪਾਤਰਾਂ ਕਿਸੇ ਕੰਮ ਨਾਲ ਗਿਆ ਸੀ, ਇਸ ਹਾਦਸੇ ਵਿੱਚ ਉਹਦੀ ਮੌਤ ਹੋਈ ਹੈ, ਔਰ CCTV ਖੰਗਾਲਣ ਦੇ ਬਾਅਦ PRTC ਦੇ ਬੱਸ ਚਾਲਕ ਦੇ ਖਿਲਾਫ਼ ਮੁਕਦਮਾ ਦਰਜ ਕਰਕੇ ਮ੍ਰਿਤਕ ਦੀ ਡੈੱਡ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹੋਸਪਿਟਲ 'ਚ ਕਰਾ ਕੇ ਵਾਰਸਾਂ ਨੂੰ ਸੌਂਪਿਆ ਜਾ ਰਿਹਾ ਹੈ। ਕੈਮਰਾਮੈਨ BK ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ।